ਅਸੀਂ ਬੇਨਤੀ ਕਰਦੇ ਹਾਂ ਜੀ ਇਹਦੀ ਸਾਰੀ ਦੀ ਸਾਰੀ ਘਟਨਾ ਦੀ ਪੂਰੀ ਜਾਂਚ ਹੋਣੀ ਚਾਹੀਦੀ, ਕਿਉਂਕਿ ਉਹ ਡਿਊਟੀ ਉਹ ਕੁੜੀ ਜਿਹੜੀ ਡਿਊਟੀ ਕਰ ਰਹੀ ਆ ਉਹ ਕੇਂਦਰ ਸਰਕਾਰ ਦੀ ਕਰ ਰਹੀ ਆ, ਉਹ ਕੇਂਦਰ ਸਰਕਾਰ ਦੀ ਡਿਊਟੀ ਕਰ ਰਹੀ ਆ, ਔਰ ਉਹਦਾ ਫਰਜ਼ ਬਣਦਾ ਸੀਗਾ ਕਿ ਉਹਦੇ ਸਾਰੇ ਸਮਾਨ ਦੀ ਪੂਰੀ ਸਕੈਨਿੰਗ ਕਰਕੇ ਫਿਰ ਹੀ ਅੱਗੇ ਭੇਜਦੀ। ਇਹਨੇ ਆਪਣੀ ਡਿਊਟੀ ਕੀਤੀ ਆ, ਇਹਨੇ ਆਪਣਾ ਫਰਜ਼ ਨਹੀਂ ਨਿਭਾਇਆ, ਕੁੜੀ ਨੇ ਇਸ ਕੰਗਣਾ ਲੋਕ ਨੇ ਆਪਣਾ ਫਰਜ਼ ਨਹੀਂ ਨਿਭਾਇਆ ਕਿ ਆਪਣੇ ਬੈਗ ਦੀ ਜਾਂਚ ਨਹੀਂ ਕਰਵਾਈ, ਤੇ ਜੋ ਉੱਥੇ ਘਟਨਾ ਹੋਈ ਉਹਦੀ ਪੂਰੀ ਦੀ ਪੂਰੀ ਜ਼ਿੰਮੇਵਾਰ ਇਹ ਔਰਤ ਆ, ਤੇ ਉਸ ਕੁੜੀ ਦੇ ਉੱਪਰ ਬਿਲਕੁਲ ਨਜਾਇਜ਼ ਪਰਚਾ ਦਰਜ ਹੋਇਆ। ਬਾਕੀ ਜੇ ਉਹਨੂੰ ਸਸਪੈਂਡ ਕਰਨਗੇ ਤਾਂ ਕੋਈ ਗੱਲ ਨੀ, ਇੱਥੇ ਸਿੱਖ ਕੌਮ ਸਿੱਖ ਪੰਥ ਨੂੰ ਸਿਰ ਦੀਆਂ ਅੱਖਾਂ ਦੀਆਂ ਪਲਕਾਂ ਨੇ ਬਿਠਾ ਕੇ ਰੱਖੀ ਆ, ਕੋਈ ਏਦਾਂ ਦੀ ਗੱਲ ਨੀ ਹੈਗੀ, ਮਹਾਰਾਜ ਬੜੀ ਕਿਰਪਾ ਕਰਨਗੇ। ਤੇ ਬਾਕੀ ਸਾਡੀ ਜੋ ਇਹੀ ਬੇਨਤੀ ਹੈ ਜੀ, ਉਹ ਸਾਰੀ ਘਟਨਾ ਦੀ ਪੂਰੀ ਪੂਰੀ ਜਾਂਚ ਹੋਣੀ ਚਾਹੀਦੀ। ਦੇਖੋ ਤੁਸੀਂ ਜਿਹੜਾ ਇਹ ਥਾਣਾ ਹੱਦ ਆ ਉਹ ਉਸ ਏਰੀਏ ਥਾਣਾ ਹੱਦ ਪੰਜਾਬ ਦੇ ਵਿੱਚ ਪੈਂਦੀ ਆ, ਏਅਰਪੋਰਟ ਦੀ ਉਹ ਜਿਹੜਾ ਗੇਟ ਆ ਉਹ ਪੰਜਾਬ ਦੀ ਹੱਦ ਚ ਹੁੰਦਾ ਆ, ਤੇ ਉਸ ਕੁੜੀ ਨੂੰ ਚੰਡੀਗੜ੍ਹ ਪੁਲਿਸ ਨੇ ਜੋ ਅਰੈਸਟ ਕੀਤਾ, 200-300 ਧਾਰਾ ਲੱਗਦੀ ਆ, ਉਹਦੇ ਵਿੱਚ ਪੁਲਿਸ ਰਿਮਾਂਡ ਤੇ ਮਿਲਦਾ ਹੀ ਨਹੀਂ ਹੈਗਾ, ਉਹਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਦਿੱਤਾ, ਇਹਨੇ ਪੰਜਾਬ ਦੇ ਪੰਜਾਬੀਆਂ ਨਾਲ ਧੱਕਾ ਰਹੇ ਹੋ। ਮੈਂ ਇੱਕ ਗੱਲ ਦੱਸ ਦੇਣੀ ਚਾਹੁੰਦਾ ਆ ਵੀ ਇੱਕ ਭੈਣ ਦੇ ਨਾਲ ਪੰਜਾਬ ਦਾ ਬੱਚਾ ਬੱਚਾ ਖੜਾ ਆ, ਮੇਰੀ ਕੱਲ੍ਹ ਵੀ ਵੀਰ ਨਾਲ ਗੱਲ ਹੋਈ ਸੀ, ਵੀ ਸੁਖਜੀਤ ਸਿੰਘ ਧਾਲੀਵਾਲ ਨਾਲ ਵੀ ਗੱਲ ਹੋਈ ਆ, ਜੱਗੇ ਵੀਰ ਨਾਲ ਵੀ ਗੱਲ ਹੋਈ ਆ, ਜੇ ਲੋੜ ਪਈ ਤੇ ਮਤਲਬ ਕਿ ਪੂਰੀ ਦੀ ਪੂਰੀ ਮੌਜ ਫੜੀ ਕੀਤੀ ਜਾਊਗੀ ਉੱਥੇ ਵਕੀਲਾਂ ਦੀ ਵੀ, ਕਿਤੇ ਮਾਇਆ ਦੀ ਲੋੜ ਪਈ ਤੇ ਮਾਇਆ ਦੇ ਵੀ ਭੰਡਾਰ ਲਾਵਾਂਗੇ, ਕੋਈ ਏਦਾਂ ਦੀ ਗੱਲ ਨੀ ਹੈਗੀ। ਪੰਜਾਬ ਦਾ ਬੱਚਾ ਬੱਚਾ ਉਸ ਭੈਣ ਦੇ ਨਾਲ ਖੜਾ ਆ, ਭੈਣ ਦੇ ਹੱਕ ਵਿੱਚ ਖੜਾ ਆ, ਤੇ ਉਹਨੇ ਸ਼ੇਰਾਂ ਵਾਲਾ ਕੰਮ ਕੀਤਾ ਆ, ਤੇ ਨਾ ਉਹ ਭੱਜੀ ਆ ਉੱਥੇ ਖੜੀ ਰਹੀ ਆ, ਤੇ ਵਧੀਆ ਕਾਰਜ ਕੀਤਾ, ਕੋਈ ਪੰਜਾਬ ਦੇ ਹਰੇਕ ਬੱਚਾ ਉਹਦੇ ਨਾਲ ਖੜਾ ਆ। ਗੱਲ ਕੀਤੀ ਜਾਵੇ ਜਦੋਂ ਕੋਈ ਦੇਸ਼ ਦੇ ਵਿੱਚ ਆਫਤਾ ਆਉਂਦੀ ਆ, ਉਦੋਂ ਜਿਹੜੇ ਸਿੱਖ ਵੀਰ ਜਦੋਂ ਲੰਗਰ ਲਾਉਂਦੇ ਆ, ਹੈਲਪ ਕਰਦੇ ਆ, ਉਹਨਾਂ ਨੂੰ ਯੋਧੇ ਕਿਹਾ ਜਾਂਦਾ, ਪਰ ਇਹੋ ਜਿਹੀ ਘਟਨਾ ਜਦੋਂ ਹੁੰਦੀ ਹੈ ਤਾਂ ਪੂਰੀ ਸਟੇਟ ਨੂੰ, ਪੂਰੇ ਜਿੱਥੇ ਕਿ ਹਿੰਦੂ ਵੀ ਰਹਿੰਦਾ ਵਾ, ਸਿੱਖ ਵੀ ਰਹਿੰਦਾ, ਸਾਰਾ ਭਾਈਚਾਰਾ ਪੰਜਾਬ ਦੇ ਵਿੱਚ ਰਹਿੰਦਾ, ਪੂਰੇ ਪੰਜਾਬ ਨੂੰ ਇਹਦਾ ਬਦਨਾਮ ਕਰਨਾ ਤੁਸੀਂ ਕਿੱਦਾਂ? ਦੇਖੋ ਕੋਈ ਅਸੀਂ ਭਾਰ ਨਹੀਂ ਕਰਦੇ ਕਿਸੇ ਦੇ ਸਿਰ ਤੇ ਲੰਗਰ ਲਾ ਕੇ, ਉਹ ਸਾਡਾ ਫਰਜ਼ ਬਣਦਾ ਹਰੇਕ ਇਨਸਾਨ ਦਾ, ਇੱਕ ਮੁੱਢਲਾ ਫਰਜ਼ ਬਣਦਾ ਆ। ਸਾਨੂੰ ਗੁਰੂ ਸਾਹਿਬ ਨੇ ਦਸਤਾਰਾ ਬਖਸ਼ਿਆ ਆ, ਸਾਨੂੰ ਗੁਰੂ ਸਾਹਿਬ ਨੇ ਸਰਦਾਰੀ ਬਖਸ਼ੀ ਆ, ਕਿ ਅਸੀਂ ਕਿਸੇ ਦੀ ਮਦਦ ਕਰਨ ਲੱਗਿਆ, ਨਾ ਤੇ ਅਸੀਂ ਜਾਤ ਦੇਖੀਏ, ਨਾ ਧਰਮ ਦੇਖੀਏ, ਨਾ ਅਸੀਂ ਉਹਦੀ ਕੌਮ ਦੇਖੀਏ। ਜੇ ਕੌਮ ਜਾਤ ਤੇ ਧਰਮ ਦੇਖ ਕੇ ਕਿਸੇ ਦੀ ਮਦਦ ਕੀਤੀ ਤਾਂ ਫਿਰ ਮਦਦ ਨਹੀਂ ਹੋਊਗੀ। ਤੇ ਇਹ ਗੁਰੂ ਸਾਹਿਬ ਦਾ ਸਾਨੂੰ ਇਹ ਉਪਦੇਸ਼ ਆ ਵੀ ਮਹਾਰਾਜ ਨੇ ਦਸਵੰਧ ਦਾ ਜਿਹੜੀ ਇਹ ਪ੍ਰਥਾ ਚਲਾਈ ਆ, ਆਪਣਾ ਦਸਵੰਧ ਕੱਢ ਕੇ ਅਸੀਂ ਇਹ ਸਾਡਾ ਫਰਜ਼ ਬਣਦਾ ਹੈ ਮਦਦ ਕਰਨਾ, ਪਰ ਸਰਕਾਰਾਂ ਇੱਥੇ ਪਤਾ ਨਹੀਂ ਕਿਉਂ ਪੰਜਾਬ ਨੂੰ ਹਮੇਸ਼ਾ ਨੀਵਾਂ ਦਿਖਾਉਣ ਵਿੱਚ ਹੀ ਹਿੰਦੁਸਤਾਨ ਦੀ ਸਰਕਾਰ ਆ ਪੂਰਾ ਜ਼ੋਰ ਲੱਗਾ ਹੋਇਆ ਵੀ ਪੰਜਾਬ ਨੂੰ ਸੇਵਾ ਦੇ ਤਰੀਕੇ ਨੀਵਾਂ ਹੀ ਦਿਖਾਇਆ ਜਾਵੇ। ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਦੇ ਕੋਈ ਨੌਜਵਾਨ ਮੋਟਰਸਾਈਕਲਾਂ ਤੇ ਦਰਸ਼ਨ ਕਰਨ ਜਾਂਦੇ ਆ, ਜੇ ਉਹਨਾਂ ਨੇ ਨਿਸ਼ਾਨ ਸਾਹਿਬ ਲਾਏ ਹੁੰਦੇ ਆ, ਤੇ ਇਹ ਲੋਕ ਉਹਨਾਂ ਨੂੰ ਘੇਰ ਕੇ ਕੁੱਟਮਾਰ ਕਰਦੇ ਆ, ਲੁੱਟਦੇ ਆ। ਆਹ 4-5 ਸਾਲ ਤੋਂ ਲਗਾਤਾਰ ਇਹ ਘਟਨਾਵਾਂ ਹੋ ਰਹੀਆਂ ਵਾ, ਪਰ ਹਿਮਾਚਲ ਪੁਲਿਸ ਨੇ ਅੱਜ ਤੱਕ ਇਹਨਾਂ ਨੂੰ ਨੱਕ ਨਹੀਂ ਪਾਈ ਹੈਗੀ। ਜੇ ਅਸੀਂ ਸਿਰਫ ਇੱਕ ਬੇਨਤੀ ਕਰ ਰਹੇ ਹਾਂ, ਜੇ ਭਾਰਤ ਦੇਸ਼ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਹੈਗੀ ਆ, ਤੇ ਇਸ ਚੀਜ਼ ਦੀ ਪੂਰੀ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਪ੍ਰੋਟੋਕੋਲ ਦੇ ਅਕੋਰਡਿੰਗ ਸਾਰਿਆਂ ਦਾ ਫਰਜ਼ ਬਣਦਾ ਆ ਵੀ ਉਹ ਜਿਹੜਾ ਸਕੈਨਰ ਆ ਉਹਦੇ ਵਿੱਚੋਂ ਆਪਣੇ ਹੈਂਡ ਬੈਗ ਦੀ ਜਾਂਚ ਹੋਣੀ, ਜਾਂਚ ਕਰਾ ਕੇ ਜਾਵੇ। ਤੇ ਇਹਦੇ ਏਡੀ ਜਿਹੜੀ ਆਕੜ ਵਾਲਾ ਇਹਦੀ ਭੋਲ ਕਿਲਾ ਫਸਿਆ ਸੀ, ਇਹਨੇ ਕਹਿਤਾ ਵੀ ਮੈਂ ਬੈਗ ਦੀ ਜਾਂਚ ਨਹੀਂ ਕਰਾਉਣੀ, ਇਹੋ ਜਿਹਾ ਚੀਜ਼ ਵੀ ਉਹਦੇ ਬੈਗ ਵਿੱਚ। ਜਦ ਕੋਈ ਵੀ ਆਮ ਬੰਦਾ ਕਿਸੇ ਮੁਲਾਜ਼ਮ ਦੇ ਨਾਲ ਕੋਈ ਮਾੜੀ ਜਿਹੀ ਵੀ ਬਦਤਮੀਜ਼ੀ ਕਰ ਲਵੇ ਤੇ ਉਹਦੇ ਤੇ ਪੱਕਾ ਦਰਜ ਹੋ ਜਾਂਦਾ। ਇਹ ਹਜੇ ਐਮਪੀ ਬਣੀ ਨਹੀਂ, ਇਹਨੇ ਹਜੇ ਸਹੁੰ ਨਹੀਂ ਚੱਕੀ, ਇਹਨੇ ਇੱਕ ਮੁਲਾਜ਼ਮ ਦੇ ਨਾਲ ਇੰਨੀਆਂ ਵੱਡੀਆਂ ਬਦਤਮੀਜ਼ੀਆਂ ਕੀਤੀਆਂ, ਉਹਨੂੰ ਅਪਸ਼ਬਦ ਬੋਲੇ ਕੀ ਇਹਦੇ ਤੇ ਪੱਕਾ ਨਹੀਂ ਬਣਦਾ, ਇਹਦੇ ਤੇ ਕੋਈ ਇਹਦੇ ਖਿਲਾਫ਼ ਕੋਈ ਸਰਕਾਰੀ ਗੱਲ ਇਹਦੇ
ਪਰਚਾ ਨਹੀਂ ਬਣਦਾ। ਉਸ ਕੁੜੀ ਨੂੰ ਸਿਰਫ ਨਜਾਇਜ਼ ਚੱਕਿਆ ਗਿਆ ਕਿਉਂਕਿ ਇਹ ਪੈਸੇ ਵਾਲੀ ਆ, ਇਹ ਬੀਜੇਪੀ ਜੁਆਇਨ ਕਰ ਚੁੱਕੀ ਤਾਂ ਕਰਕੇ।